ਚੁੱਕਿਆ ਉਹਦੇ ਵਿੱਚ ਦੋ ਸਭ ਤੋਂ ਵੱਡੇ ਕਾਰਨ ਜੇ ਹਨ ਤਾਂ ਉਹ ਇੱਕ ਡਰੱਗਸ ਔਰ ਦੂਸਰਾ ਜਿਹੜਾ ਸਮੇਂ ਦੀਆਂ ਸਰਕਾਰਾਂ ਔਰ ਲੀਡਰਾਂ ਨੇ ਗੈਂਗਸ ਔਰ ਗੈਂਗਸਟਰਸ ਦਾ ਕਲਚਰ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਪੈਦਾ ਕੀਤਾ ਉਹਦੀ ਪੁਸ਼ਤ ਪਨਾਹੀ ਕੀਤੀ ਅਤੇ ਉਹ ਪ੍ਰਫੁੱਲਿਤ ਹੋਇਆ। ਪਰ ਜਿਸ ਦਿਨ ਦੀ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਔਰ ਜਿਸ ਦਿਨ ਭਗਵੰਤ ਮਾਨ ਜੀ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਪਵਿੱਤਰ ਧਰਤੀ ਨੂੰ ਨਤਮਸਤਕ ਹੋ ਕੇ ਸਹੁੰ ਚੁੱਕੀ ਪੰਜਾਬ ਦੀ ਇਮਾਨਦਾਰੀ ਵਫਾਦਾਰੀ ਅਤੇ ਕਮਿਟਮੈਂਟ ਦੇ ਨਾਲ ਸੇਵਾ ਕਰਨ ਦੀ ਉਸ ਦਿਨ ਦਾ ਹੀ ਇਹਨਾਂ ਦੋਨਾਂ ਅਲਾਮਤਾਂ ਦੇ ਉੱਪਰ ਨਸ਼ਿਆਂ ਔਰ ਗੈਂਗਸਟਰ ਕਲਚਰ ਦੇ ਉੱਪਰ ਨਕੇਲ ਜ਼ਬਰਦਸਤ ਤਰੀਕੇ ਦੇ ਨਾਲ ਕਸੀ ਜਾ ਰਹੀ ਹੈ ਔਰ ਇਹ ਮੈਂ ਨਹੀਂ ਬੋਲਦਾ ਹੈਗਾ, ਤੱਥ ਬੋਲਦੇ ਨੇ, ਫੈਕਟਸ ਬੋਲਦੇ ਨੇ ਕਿ ਜਿਸ ਤਰੀਕੇ ਦੇ ਨਾਲ ਸਰਕਾਰ ਬਣਦੇ ਸਾਰ ਭਗਵੰਤ ਮਾਨ ਜੀ ਦੀ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ, ਉਹਦਾ ਗਠਨ ਕੀਤਾ ਔਰ ਜਿਸ ਤਰੀਕੇ ਦੇ ਨਾਲ ਇਹ ਟਾਸਕ ਫੋਰਸ ਕੰਮ ਕਰ ਰਹੀ ਹੈ ਮੈਨੂੰ ਦੱਸਦੇ ਹੋਏ ਇਹ ਸਾਡੀ ਟਾਸਕ ਫੋਰਸ ਦੇ ਉੱਪਰ ਸਾਡੇ ਮੁੱਖ ਮੰਤਰੀ ਦੇ ਉੱਪਰ ਮਾਣ ਮਹਿਸੂਸ ਹੋ ਰਿਹਾ ਹੈ ਕਿ ਪਿਛਲੇ ਇੱਕ ਮਹੀਨੇ ਦੇ ਵਿੱਚ 90 ਗੈਂਗਸਟਰਸ ਨੇ ਜਿਹੜੇ ਉਹ ਧਰ ਦਬੋਚੇ ਗਏ ਨੇ, ਉਹ ਫੜ ਲਏ ਗਏ ਨੇ ਅਤੇ ਜਾਂ ਉਹ ਨਿਊਟਰਲਾਈਜ਼ ਕਰ ਦਿੱਤੇ ਗਏ ਨੇ, ਉਹਨਾਂ ਦਾ ਖਾਤਮਾ ਕਰ ਦਿੱਤਾ ਗਿਆ। ਔਰ ਮੈਂ ਸਮਝਦਾ ਕਿ ਜੋ ਅੱਜ ਤੋਂ 3 ਦਿਨ ਪਹਿਲਾਂ ਜੋ ਦੋ ਉਹ ਗੈਂਗਸਟਰ ਜਿਹੜੇ ਕਿ ਸਾਡੇ ਛੋਟੇ ਵੀਰ ਔਰ ਯੂਥ ਆਈਕੋਨ ਸਿੱਧੂ ਮੂਸੇਵਾਲੇ ਦੇ ਮਰਡਰ ਦੇ ਵਿੱਚ ਸ਼ਾਮਿਲ ਸੀਗੇ, ਜਿਸ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਪੰਜਾਬ ਪੁਲਿਸ ਨੇ ਉਹਨਾਂ ਨੂੰ ਨਿਊਟਰਲਾਈਜ਼ ਕੀਤਾ, ਪਹਿਲੇ ਤਕਰੀਬਨ 1.5-2 ਘੰਟੇ ਉਹਨਾਂ ਨੂੰ ਵਾਰਨਿੰਗਸ ਦਿੱਤੀਆਂ, ਅਪੀਲ ਕੀਤੀ ਕਿ ਤੁਸੀਂ ਸਰੈਂਡਰ ਕਰ ਦਿਓ, ਨਹੀਂ ਕੀਤਾ ਹੈਗਾ ਅਤੇ ਫਿਰ ਉਸ ਤੋਂ ਬਾਅਦ ਜਿਸ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਉਹਨਾਂ ਨੂੰ ਨਿਊਟਰਲਾਈਜ਼ ਕੀਤਾ ਗਿਆ, ਉਹਨਾਂ ਦਾ ਖਾਤਮਾ ਕੀਤਾ ਗਿਆ, ਮੈਂ ਸਮਝਦਾ ਕਿ ਉਹ ਸੱਚਮੁੱਚ ਕਾਬਿਲੇ ਤਾਰੀਫ ਹੈ। ਔਰ ਇਹਦੇ ਨਾਲ ਮੈਂ ਇਹ ਤਾਂ ਨਹੀਂ ਕਹੂੰਗਾ ਕਿ ਸਿੱਧੂ ਮੂਸੇਵਾਲੇ ਦਾ ਘਾਟਾ ਪੂਰਾ ਹੋ ਗਿਆ, ਕਿਉਂਕਿ ਜਦੋਂ ਕਿਸੇ ਦਾ ਨੌਜਵਾਨ ਪੁੱਤ ਚਲਾ ਜਾਵੇ ਔਰ ਅਜਿਹਾ ਹਜ਼ਾਰਾਂ ਲੱਖਾਂ ਲੋਕਾਂ ਦਾ ਨੌਜਵਾਨਾਂ ਦਾ ਯੂਥ ਆਈਕੋਨ ਚਲਾ ਜਾਵੇ, ਪਰ ਮੈਂ ਸਮਝਦਾ ਕਿ ਉਹਨਾਂ ਹਜ਼ਾਰਾਂ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਔਰ ਪੇਰੈਂਟਸ ਦੇ ਕਲੇਜੇ ਠੰਡ ਜ਼ਰੂਰ ਪਈ ਹੋਏਗੀ, ਇੱਕ ਹੌਂਸਲਾ ਜ਼ਰੂਰ ਮਿਲਿਆ ਹੋਏਗਾ ਕਿ ਜਿਨ੍ਹਾਂ ਨੇ ਪਾਪ ਕੀਤਾ ਸੀਗਾ ਉਹਨਾਂ ਨੂੰ ਭਗਵੰਤ ਮਾਨ ਜੀ ਦੀ ਸਰਕਾਰ ਨੇ ਔਰ ਪੰਜਾਬ ਪੁਲਿਸ ਨੇ ਉਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾ ਦਿੱਤਾ। ਔਰ ਪਿਛਲੇ 1.5 ਮਹੀਨੇ ਤੋਂ ਤੁਸੀਂ ਦੇਖਿਆ ਕਿਸ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਇਕੱਲੇ ਪੰਜਾਬ ਦੇ ਵਿੱਚ ਹੀ ਨੇ ਅਕਰੋਸ ਆਲ ਸਟੇਟਸ ਹੈ ਜਿਹੜਾ ਓਪਰੇਸ਼ਨ ਹੈ ਉਹ ਇਹਨਾਂ ਗੈਂਗਸਟਰਸ ਨੂੰ ਫੜਨ ਦਾ, ਉਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਉਣ ਦੇ ਵਿੱਚ ਪੰਜਾਬ ਪੁਲਿਸ ਲੱਗੀ ਹੋਈ ਹੈ। ਸੋ ਇਹ ਜੋ 1 ਮਹੀਨੇ ਦੀ ਕਾਰਵਾਈ ਦੀ ਜੇ ਮੈਂ ਗੱਲ ਕਰਾਂ ਤਾਂ ਮੈਂ ਸਮਝਦਾ ਕਿ ਬਹੁਤ ਵੱਡੀ ਵਾਰਨਿੰਗ ਹੈ, ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਇਹ ਵਾਰਨਿੰਗ ਹੈ ਭਗਵੰਤ ਮਾਨ ਜੀ ਦੀ ਸਰਕਾਰ ਵੱਲੋਂ ਉਹਨਾਂ ਗੈਂਗਸਟਰਸ ਨੂੰ। ਮੈਂ ਅੱਜ ਤੁਹਾਡੇ ਜ਼ਰੀਏ ਅਖੀਰਲੀ ਵਾਰ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਵਾਰਨਿੰਗ ਦੇ ਰਹੇ ਹਾਂ ਕਿ ਤੁਸੀਂ ਇਹ ਜਿਹੜਾ ਮਾੜਾ ਕਲਚਰ ਤੁਹਾਨੂੰ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਅਤੇ ਪਿਛਲੇ ਸਮੇਂ ਦੇ ਲੀਡਰਾਂ ਨੇ ਤੁਹਾਡੀ ਪੁਸ਼ਤ ਪਨਾਹੀ ਕਰਕੇ ਤੁਹਾਡੀਆਂ ਪਿੱਠ ਥਾਪੜਾ ਕਰਕੇ ਤੁਹਾਨੂੰ ਗਲਤ ਰਸਤੇ ਚਾੜ ਦਿੱਤਾ ਸੀਗਾ, ਹੁਣ ਇਹਨਾਂ ਗੈਂਗਸਟਰਸ ਦੇ ਇਹਨਾਂ ਡਰੱਗ ਮਾਫੀਆਜ਼ ਦੇ ਆਕਾ ਜਿਹੜੇ ਕਿ ਉਹਨਾਂ ਨੂੰ ਪ੍ਰੋਟੈਕਟ ਕਰਦੇ ਸੀਗੇ, ਜਿਹੜੇ ਕਿ ਉਹਨਾਂ ਨੂੰ ਬਣਾਉਂਦੇ ਔਰ ਬਚਾਉਂਦੇ ਸੀਗੇ, ਉਹ ਸੱਤਾ ਦੇ ਵਿੱਚ ਨਹੀਂ ਹੈਗੇ, ਉਹ ਤਾਂ ਆਪੋ ਆਪਣਾ ਅੰਜਾਮ ਭੁਗਤਣ ਦੇ ਲਈ ਜੇਲ੍ਹਾਂ ਦੇ ਵਿੱਚ ਪਹੁੰਚਣ ਦੀ ਵੇਟ ਹੈ ਜਿਹੜੀ ਉਹ ਕਰ ਰਹੇ ਨੇ। ਸੋ ਮੇਰੀ ਉਹਨਾਂ ਨੂੰ ਸਾਰੇ ਗੈਂਗਸਟਰਸ ਨੂੰ, ਸਾਰੇ ਡਰੱਗ ਮਾਫੀਆਜ਼ ਨੂੰ ਅੱਜ ਸਰਕਾਰ ਵੱਲੋਂ ਲਾਸਟ ਵਾਰਨਿੰਗ ਹੈ ਕਿ ਤੁਸੀਂ ਇਹ ਗਲਤ ਰਾਹ ਹੈ ਜਿਹੜਾ ਇਹ ਛੱਡੋ, ਨਹੀਂ ਤਾਂ ਉਹਨਾਂ ਦੇ ਅੰਜਾਮ ਤੱਕ ਪਹੁੰਚਣ ਦੇ ਵਿੱਚ ਬਹੁਤਾ ਸਮਾਂ ਨਹੀਂ ਲੱਗੇਗਾ। ਇਸੇ ਤਰੀਕੇ ਦੇ ਨਾਲ ਡਰੱਗਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਪਿਛਲੇ 2 ਹਫ਼ਤਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਾਕੀ ਵੱਖੋ ਵੱਖਰੀਆਂ ਜਿਹੜੀਆਂ ਰਿਕਵਰੀਜ਼ ਹੋਈਆਂ ਨੇ ਉਹਨਾਂ ਦੀ ਡਿਟੇਲ ਦੇ ਵਿੱਚ ਮੈਂ ਨਾ ਜਾਂਦਾ ਹੋਇਆ, ਮੈਂ ਸਮਝਦਾ ਕਿ ਜੋ 2 ਬਹੁਤ ਵੱਡੀਆਂ ਕਾਰਵਾਈਆਂ ਜਿਸ ਤਰੀਕੇ ਦੇ ਨਾਲ ਕੱਲ੍ਹ ਤੁਸੀਂ ਦੇਖਿਆ ਕਿ 3 ਘੰਟੇ ਦੇ ਲਈ ਹੀ ਪੰਜਾਬ ਪੁਲਿਸ ਨੇ ਐਕਰੋਸ ਆਲ ਸਟੇਟਸ ਤਕਰੀਬਨ 10-12 ਹਜ਼ਾਰ ਦੇ ਕਰੀਬ ਦੀ ਨਫ਼ਰੀ ਨੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਨਾਕੇ ਲਾ ਕੇ ਰਿਕਵਰੀਆਂ ਕੀਤੀਆਂ, ਤਕਰੀਬਨ 7,10,000 ਦੇ ਕਰੀਬ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਗੋਲੀਆਂ ਔਰ ਕੈਪਸੂਲਸ ਨੇ ਉਹ ਰਿਕਵਰ ਕੀਤੇ ਗਏ ਨੇ, ਹੁਣ ਤੱਕ ਦੀ ਆਈ ਥਿੰਕ 1 ਆਫ਼ ਦ ਲਾਰਜੈਸਟ ਰਿਕਵਰੀਜ਼ ਨੇ ਇਹ। ਇਸੇ ਤਰੀਕੇ ਦੇ ਨਾਲ 2 ਹਫ਼ਤੇ ਪਹਿਲਾਂ ਪੰਜਾਬ ਪੁਲਿਸ ਦੀ ਕੋਆਰਡੀਨੇਸ਼ਨ ਦੇ ਨਾਲ ਮਹਾਰਾਸ਼ਟਰ ਅਤੇ ਗੁਜਰਾਤ ਦੇ ਵਿੱਚ 147 ਕਿਲੋ ਹੈਰੋਇਨ ਸੀ ਜਿਹੜੀ ਉਹ ਫੜੀ ਗਈ ਸੀਗੀ, ਯੂਪੀ ਦੇ ਵਿੱਚ ਸਹਾਰਨਪੁਰ ਦੇ ਵਿੱਚੋਂ
ਹਜ਼ਾਰਾਂ ਦੀ ਤਾਦਾਦ ਦੇ ਵਿੱਚ ਗੋਲੀਆਂ ਨੇ ਜਿਹੜੀਆਂ ਉਹ ਫੜੀਆਂ ਗਈਆਂ ਨੇ। ਔਰ ਇਹ ਸਾਰਾ ਕੰਮ ਹੈ ਜਿਹੜਾ ਇਹ ਲੰਮੇ ਸਮੇਂ ਤੋਂ ਜਿਹੜਾ ਪਿਛਲੀਆਂ ਸਰਕਾਰਾਂ ਅਤੇ ਲੀਡਰਾਂ ਦੀ ਪੁਸ਼ਤ ਪਨਾਹੀ ਦੇ ਨਾਲ ਚੱਲ ਰਿਹਾ ਸੀਗਾ ਉਹ ਖਾਤਮੇ ਵੱਲ ਵੱਧ ਰਿਹਾ। ਔਰ ਮੈਂ ਇਹ ਬੜੇ ਵਿਸ਼ਵਾਸ ਦੇ ਨਾਲ ਬੜੇ ਹੌਸਲੇ ਦੇ ਨਾਲ ਕਹਿ ਸਕਦਾ ਕਿ ਡਰੱਗ ਮਾਫੀਆਜ਼, ਸੈਂਡ ਮਾਫੀਆਜ਼ ਔਰ ਜਿਹੜੇ ਗੈਂਗਸਟਰਸ ਨੇ, ਗੈਂਗ ਵਾਰਸ ਨੇ, ਇਹ ਥੋੜ੍ਹੇ ਸਮੇਂ ਦੇ ਵਿੱਚ ਹੀ ਇਹ ਬੀਤੇ ਸਮੇਂ ਦੀਆਂ ਗੱਲਾਂ ਹੋ ਜਾਣਗੀਆਂ। ਸੋ ਇਹਨਾਂ ਸਾਰੇ ਮਾਫੀਆਜ਼ ਨੂੰ, ਇਹਨਾਂ ਸਾਰੇ ਦੋ ਨੰਬਰ ਦਾ ਧੰਦਾ ਕਰਨ ਵਾਲਿਆਂ ਨੂੰ, ਇਹਨਾਂ ਸਾਰੇ ਉਹਨਾਂ ਲੋਕਾਂ ਨੂੰ ਜਿਹੜੇ ਕਿ ਗਲਤ ਰਾਹੇ ਪੈ ਕੇ ਕਾਨੂੰਨ ਨੂੰ ਕਾਨੂੰਨ ਨਹੀਂ ਸਮਝਦੇ ਹੈਗੇ, ਉਹ ਜਾਂ ਤਾਂ ਸਹੀ ਰਾਹ 'ਤੇ, ਸਹੀ ਲੀਹ 'ਤੇ ਚੜ੍ਹ ਜਾਣ, ਅਤੇ ਜਾਂ ਤਾਂ ਉਹ ਇਹ ਕਾਰੋਬਾਰ ਹੈ ਜਿਹੜਾ ਨਸ਼ਿਆਂ ਦਾ, ਡਰੱਗਸ ਦਾ, ਗੈਂਗਸ ਦਾ, ਇਹ ਛੱਡ ਦੇਣ, ਜਾਂ ਪੰਜਾਬ ਛੱਡ ਦੇਣ, ਅਤੇ ਜਾਂ ਫਿਰ ਉਹਨਾਂ ਨੂੰ ਆਪਦੀ ਆਜ਼ਾਦੀ ਹੈ ਜਿਹੜੀ ਉਹ ਛੱਡਣੀ ਪਊਗੀ, ਕਿਉਂਕਿ ਹੁਣ ਉਹ ਪਹਿਲਾਂ ਵਾਲਾ ਸਮਾਂ ਨਹੀਂ ਰਿਹਾ ਹੈਗਾ ਕਿ ਇੱਥੋਂ ਸੱਤਾ ਦੇ ਗਲਿਆਰਿਆਂ ਦੇ ਵਿੱਚੋਂ ਇਹਨਾਂ ਲੋਕਾਂ ਦੀਆਂ ਪੁਸ਼ਤ ਪਣਾਈਆਂ ਹੁੰਦੀਆਂ ਸੀਗੀਆਂ, ਉਹਨਾਂ ਲੋਕਾਂ ਨੂੰ ਥਾਪੜੇ ਦਿੱਤੇ ਜਾਂਦੇ ਸੀਗੇ। ਸਰਕਾਰ ਦਾ ਭਗਵੰਤ ਮਾਨ ਜੀ ਦੀ ਵਚਨਬੱਧਤਾ ਨੂੰ ਦੁਹਰਾਉਣ ਦੇ ਲਈ ਮੈਂ ਅੱਜ ਇੱਥੇ ਤੁਹਾਡੇ ਰੂਬਰੂ ਹੋਇਆ। ਔਰ ਪੰਜਾਬ ਦੇ ਉਹਨਾਂ ਲੱਖਾਂ ਲੋਕਾਂ ਨੂੰ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਨੇ, ਜਿਹੜੇ ਲੋਕ ਗਲੀਆਂ ਮੁਹੱਲਿਆਂ ਦੇ ਵਿੱਚ ਬੈਠੇ ਨੇ, ਉਹਨਾਂ ਨੂੰ ਵੀ ਮੈਂ ਅਪੀਲ ਕਰੂੰਗਾ ਕਿ ਪੰਜਾਬ ਨੂੰ, ਰੰਗਲੇ ਪੰਜਾਬ ਨੂੰ, ਉੜਤਾ ਪੰਜਾਬ ਅਤੇ ਕੰਗਲਾ ਪੰਜਾਬ ਬਣਾਉਣ ਵਾਲਿਆਂ ਨੇ, ਜਿਨ੍ਹਾਂ ਨੇ ਬਣਾਇਆ ਕੰਗਲਾ ਅਤੇ ਉੜਤਾ ਪੰਜਾਬ, ਉਹਨਾਂ ਦੇ ਖਿਲਾਫ਼ ਸਰਕਾਰ ਦੀ ਮੁਹਿੰਮ ਜਾਰੀ ਹੈ। ਲੋਕਾਂ ਦਾ ਸਾਥ ਚਾਹੀਦਾ। ਜਿੱਥੇ ਕਿਤੇ ਵੀ ਲੋਕਾਂ ਨੂੰ ਲੱਗਦਾ ਹੈ ਕਿ ਇੱਥੇ ਕੋਈ ਨਸ਼ਿਆਂ ਦਾ ਤਸਕਰ ਉਹਨਾਂ ਦੇ ਪਿੰਡਾਂ ਦੇ ਵਿੱਚ ਤੁਰਿਆ ਫਿਰਦਾ, ਉਹਨਾਂ ਦੇ ਗਲੀਆਂ ਮੁਹੱਲਿਆਂ ਦੇ ਵਿੱਚ ਤੁਰਿਆ ਫਿਰਦਾ, ਕੋਈ ਗਲਤ ਐਕਟੀਵਿਟੀ ਕਰਦਾ ਨਜ਼ਰ ਆਉਂਦਾ, ਤਾਂ ਉਹ ਸਰਕਾਰ ਨੂੰ, ਪੁਲਿਸ ਨੂੰ ਇਨਫੋਰਮ ਕਰੋ, ਉਹਨਾਂ ਦੇ ਜਿਹੜੇ ਪਹਿਚਾਣ ਨੂੰ 100% ਗੁਪਤ ਰੱਖਦੇ ਹੋਏ ਪੁਲਿਸ ਬੜੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਕੰਮ ਕਰੂਗੀ, ਅਤੇ ਪੰਜਾਬ ਨੂੰ ਮੁੜ ਦੁਆਰਾ ਖੁਸ਼ਹਾਲ, ਰੰਗਲਾ ਔਰ ਸਿਰਮੌਰ ਸੂਬਾ ਬਣਾਉਣ ਦੇ ਲਈ ਭਗਵੰਤ ਮਾਨ ਜੀ ਦੀ ਸਰਕਾਰ ਵਚਨਬੱਧ ਹੈ। ਮੰਤਰੀ ਸਾਹਿਬ, ਤੁਸੀਂ ਜਿਹੜਾ ਕਿਹਾ ਹੈਗਾ ਵੀ ਪੁਸ਼ਤ ਪਨਾਹੀ ਪਹਿਲੇ ਜਿਹੜੇ ਰਾਜਨੀਤਿਕ ਲੋਕਾਂ ਦੀ ਰਹੀ ਹੈ ਇਹਨਾਂ ਦੇ ਵਿੱਚ, ਗੈਂਗਸਟਰ ਨੂੰ ਪੈਦਾ ਕਰਨ ਦੇ ਲਈ, ਕੀ ਤੁਸੀਂ ਇਹ ਨੰਗਾ ਕਰੋਗੇ ਵੀ ਕਿਹਦੀ ਸਰਕਾਰ ਦੇ ਦੌਰਾਨ ਵੀ ਕਿੰਨੇ ਕਿਹੜੇ ਕਿਹੜੇ ਗੈਂਗਸਟਰ ਜਿਹੜੇ ਹੈਗੇ ਆ ਉਹ ਗਰੁੱਪ ਗਰੋਹ ਪੈਦਾ ਹੋਏ ਨੇ, ਔਰ ਕਿਹਦੀ ਕਿਹਦੀ ਜਿਹੜੀ ਹੈਗੀ ਆ ਪੁਸ਼ਤ ਪਨਾਹੀ ਰਹੀ ਆ, ਇਹ ਇਹਦੀ ਲੋਕਾਂ ਦੇ ਸਾਹਮਣੇ ਕਰੋਗੇ? ਕਿਉਂਕਿ ਹਮੇਸ਼ਾ ਦੋਸ਼ ਲਗਾ ਰਿਹਾ ਪੁਲਿਸ ਵੀ ਜਿਹੜਾ ਹੈਗਾ, ਕਿੰਨੇ ਗੈਂਗਸਟਰ ਫੜੇ ਨੇ ਅਜੇ ਤੱਕ, ਕਿਸੇ ਪੋਲੀਟੀਕਲ ਦੀ ਇਨਵੋਲਵਮੈਂਟ ਅਜੇ ਤੱਕ ਉਹਨਾਂ ਨੇ ਦੱਸੀ ਨਹੀਂ ਵੀ ਕਿਹੜੇ ਪੋਲੀਟੀਕਲ ਦੀ ਹੈ। ਦੇਖੋ, ਇਸ ਤਰ੍ਹਾਂ ਕਿ ਮੈਂ ਨਾਮਾਂ ਦੇ ਵਿੱਚ ਨਾ ਜਾਂਦਾ ਹੋਇਆ, ਮੈਂ ਤੁਹਾਡੇ ਤੋਂ ਇਨਵੈਸਟੀਗੇਸ਼ਨ ਦਾ ਮੈਟਰ ਹੈ, ਇਹ ਹੋਮ ਡਿਪਾਰਟਮੈਂਟ ਦਾ ਮੈਟਰ ਹੈ, ਪੁਲਿਸ ਦਾ ਮੈਟਰ ਹੈ, ਉਹ ਤਫਸੀਲ ਦੇ ਵਿੱਚ ਤਾਂ ਉਹ ਸਮੇਂ ਆਉਣ ਦੇ ਉੱਪਰ ਉਹ ਇਹਨਾਂ ਨਾਮਾਂ ਨੂੰ ਉਜਾਗਰ ਕਰਨਗੇ। ਪਰ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਭਾਈ ਸਾਹਿਬ, ਪੰਜਾਬ ਪੁਲਿਸ ਇੱਕ ਉਹ ਵਨ ਆਫ ਦਾ ਬੈਸਟ ਪ੍ਰੋਫੈਸ਼ਨਲ ਯੂਨੀਫਾਰਮ ਫੋਰਸਿਸ ਹੈ, ਜਿਨ੍ਹਾਂ ਨੇ ਜਦੋਂ ਆਪਣੀ ਆਪਦੀ 'ਤੇ ਆਏ ਅਤੇ ਅੱਤਵਾਦ ਦੇ ਕਾਲੇ ਦੌਰ ਨੂੰ ਜਿਨ੍ਹਾਂ ਨੇ ਦਿਨਾਂ ਦੇ ਵਿੱਚ ਖਤਮ ਕਰ ਦਿੱਤਾ, ਅਤੇ 1995 ਤੋਂ ਲੈ ਕੇ 2022 ਤੱਕ 27 ਸਾਲ ਜਿਸ ਤਰੀਕੇ ਦਾ ਮਾਹੌਲ ਇੱਥੇ ਪੈਦਾ ਕੀਤਾ ਗਿਆ, ਜਿਸ ਤਰੀਕੇ ਦੇ ਗੈਂਗਸ ਇੱਥੇ ਪੈਦਾ ਹੋਏ, ਜਿਸ ਤਰੀਕੇ ਦਾ ਸੈਂਡ ਮਾਫੀਆ ਪੈਦਾ ਹੋਇਆ, ਜਿਸ ਤਰੀਕੇ ਦਾ ਡਰੱਗ ਮਾਫੀਆ ਪੈਦਾ ਹੋਇਆ, ਕੀ ਤੁਹਾਡਾ, ਤੁਸੀਂ ਦਿਲ 'ਤੇ ਹੱਥ ਰੱਖ ਕੇ ਦੱਸੋ, ਕੀ ਤੁਹਾਡਾ ਮਨ ਇਸ ਗੱਲ ਦੀ ਗਵਾਹੀ ਭਰਦਾ, ਮਨ ਮੰਨਦਾ ਤੁਹਾਡਾ ਕਿ ਇਹ ਲੀਡਰਾਂ ਦੀਆਂ, ਸਰਕਾਰਾਂ ਦੀਆਂ ਅਤੇ ਪੁਲਿਸ ਦੀਆਂ ਪੁਸ਼ਤ ਪਨਾਹੀਆਂ ਤੋਂ ਬਿਨਾਂ ਸੰਭਵ ਸੀਗਾ? ਜੇ ਸਰਕਾਰ ਚਾਹੇ ਤਾਂ ਸਟੇਟ ਦੇ ਵਿੱਚ ਚਿੜੀ ਨਹੀਂ ਪਰ ਮਾਰ ਸਕਦੀ, ਅਤੇ ਜੇ ਇੰਨਾ ਕੁਛ ਇੱਥੋਂ ਪੰਜਾਬ ਇੱਥੇ ਤੱਕ ਲਿਆਂਦਾ ਤਾਂ ਇਹ ਪੁਸ਼ਤ ਪਨਾਹੀਆਂ ਤੋਂ ਬਿਨਾਂ ਸੰਭਵ ਨਹੀਂ ਸੀਗਾ। ਹੁਣ ਨਾਮਾਂ ਦਾ ਦੇ ਚੱਕਰਾਂ ਦੇ ਵਿੱਚ ਮੈਂ ਪੈਣਾ ਨਹੀਂ, ਕਿਉਂਕਿ ਹੋਮ ਡਿਪਾਰਟਮੈਂਟ ਦਾ, ਉਹਨਾਂ ਦੀ ਇਨਵੈਸਟੀਗੇਸ਼ਨ ਦਾ ਮੈਟਰ ਹੈ। ਮੈਂ ਕਿਸੇ ਇੰਡੀਵਿਜੁਅਲ ਦਾ ਨਾਮ ਲੈ ਕੇ ਇਸ ਸਾਰੀ ਸਾਡੀ ਮਨਸ਼ਾ ਨੂੰ, ਸਾਡੀ ਇੱਛਾ ਨੂੰ, ਸਾਡੇ ਇਰਾਦੇ ਨੂੰ ਮੈਂ ਛੋਟਾ ਨਹੀਂ ਕਰਨਾ ਚਾਹੁੰਦਾ ਹੈਗਾ। ਜਿਹੜਾ ਵੀ ਕੋਈ ਵਿਅਕਤੀ ਇਹਨਾਂ ਮਾੜੇ ਕੰਮਾਂ ਦੇ ਵਿੱਚ, ਮਾੜੇ ਧੰਦਿਆਂ ਦੇ ਵਿੱਚ ਕਰਦਾ ਰਿਹਾ ਜਾਂ ਉਹਨਾਂ ਨੂੰ ਬਚਾਉਂਦਾ ਰਿਹਾ, ਉਹਨਾਂ ਨੂੰ ਆਪਣੇ ਅੰਜਾਮ ਤੱਕ ਪਹੁੰਚਾਉਣ ਦੇ ਲਈ ਸਰਕਾਰ ਵਚਨਬੱਧ ਹੈ। ਅੱਛਾ ਜੀ, ਮੰਤਰੀ ਸਾਹਿਬ, ਇੱਕ ਨਾ ਬਹੁਤ ਸਾਰਾ ਜਿਹੜਾ ਗੈਂਗਸਟਰਾਂ ਤੋਂ ਡਰ ਕੇ ਬੋਲੀਵੁੱਡ ਦੇ ਸਾਡੇ ਬਹੁਤ ਸਾਰੇ ਸੈਲੀਬ੍ਰਿਟੀ ਆ, ਉਹ ਆਪਣਾ ਬਿਜ਼ਨਸ ਹੀ, ਆਪਣੇ ਜ਼ਮੀਨਾਂ ਜਾਇਦਾਦਾਂ ਵੇਚ ਕੇ ਬਾਹਰ ਸੈਟਲ ਹੋ ਗਏ ਨੇ, ਅਤੇ ਕੀ ਉਹਨਾਂ ਨੂੰ ਤੁਸੀਂ ਦੁਬਾਰਾ ਵਾਪਸ ਜਿਹੜਾ ਹੈਗਾ ਉਹਨਾਂ ਨੂੰ? ਦੇਖੋ, ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਇਸ ਤਰੀਕੇ ਦਾ ਮਾਹੌਲ ਹੋਵੇ ਨਾ ਕਿਸੇ ਸਟੇਟ ਦੇ ਵਿੱਚ, ਉਹਦਾ ਕਲੋਸਲ ਲੋਸ ਹੁੰਦਾ। ਕਲੋਸਲ ਲੋਸ ਮੀਨਸ ਇਕੱਲੇ ਇੱਕ ਥਾਂ ਦੇ ਉੱਪਰ ਇੱਕ ਲਿਮਿਟ ਦੇ ਵਿੱਚ ਨੁਕਸਾਨ ਨਹੀਂ ਖੜਦਾ ਹੈਗਾ, ਉਹ ਨੁਕਸਾਨ
ਮਲਟੀਪਲ ਟਾਈਮਸ ਹੋ ਜਾਂਦਾ, ਉਹ ਬਹੁਤ ਵੱਡਾ ਹੋ ਜਾਂਦਾ, ਕਿਉਂਕਿ ਅੱਜ ਦੀ ਡੇਟ ਵਿੱਚ ਚਾਹੇ ਤੁਸੀਂ ਹੋ, ਚਾਹੇ ਮੈਂ ਹਾਂ, ਚਾਹੇ ਕੋਈ ਹੈ, ਹਰੇਕ ਬੰਦੇ ਨੂੰ ਆਪਣੀ ਜਾਨ ਪਿਆਰੀ ਹੈ, ਆਪਣਾ ਪਰਿਵਾਰ ਪਿਆਰਾ ਹੈ, ਆਪਣੇ ਵਪਾਰ ਪਿਆਰੇ ਨੇ। ਇਸ ਕਰਕੇ ਉਹਨਾਂ ਲੋਕਾਂ ਨੇ ਪਲਾਇਨ ਹੈ ਜਿਹੜਾ ਉਹ ਕੀਤਾ। ਜਦੋਂ ਇੱਥੇ ਮਾਹੌਲ ਸ਼ਾਂਤ ਹੋ ਗਿਆ, ਜਿਹੜਾ ਕਿ ਬੜੀ ਜਲਦੀ ਹੀ ਪੰਜਾਬ ਦਾ ਮਾਹੌਲ ਸ਼ਾਂਤ ਗੈਂਗਸ ਤੋਂ ਰਹਿਤ, ਨਸ਼ਿਆਂ ਤੋਂ ਰਹਿਤ ਜਦੋਂ ਹੋਏਗਾ, ਤਾਂ ਇਹ ਸਾਰੇ ਲੋਕ ਜਿਹੜੇ ਪੰਜਾਬ ਦੀ ਧਰਤੀ ਛੱਡ ਕੇ ਗਏ ਨੇ, ਇਹ ਵਾਪਸ ਆਉਣਗੇ, ਅਤੇ ਇਹਨਾਂ ਨੂੰ ਲੈ ਕੇ ਆਉਣ ਦਾ ਕੰਮ ਹੈ ਜਿਹੜਾ ਉਹ ਭਗਵੰਤ ਮਾਨ ਜੀ ਦੀ ਸਰਕਾਰ ਅਤੇ ਮਾਨ ਸਾਹਿਬ ਦੇ ਦੀ ਟੀਮ ਦਾ ਹੋਏਗਾ, ਸਾਡਾ ਲੋਕਾਂ ਦਾ ਹੋਏਗਾ।